देख रहे हो सांझ टीवी न्यूज पोर्टल। अमृतसर विखे एक अजिहा मामला सामने आया जिथे एक होटल च दो बच्चियां दी मां ने अपने पति दा हो रहा दूसरा व्याह आके रुकवा दिता। जानकारी मुताबिक पति द्वारा दूसरा व्याह करन दी सूचना मिलदे ही महिला द्वारा अपने मायके वालियां दे नाल पति दी तलाश च मैरिज पैलेस पहुंची, जिथे महिला नु देख के दूल्हे अते उसके साथियां च अफड़ा तफड़ी मच गई, जिस नु लै के पीड़ित महिला अते उसके परिवारिक मैंबरा वालों इंसाफ दी गुहार लगाई गई। अपना ਫਿਰ ਕੀ ਆ ਕਰਾ ਰਿਹਾ ਵਾ ਫਿਰ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਅਤੇ ਆਪਣੀ ਜ਼ਿੰਦਗੀ ਮਤਲਬ ਬਚਾ ਲਓ ਤੁਸੀਂ ਆ ਕੇ ਅਤੇ ਅਸੀਂ ਆ ਕੇ ਦੇਖਿਆ ਅਤੇ ਇੱਥੇ ਮਤਲਬ ਮੈਰਿਜ ਕਰਾ ਰਹੇ ਸੀਗੇ ਅਸੀਂ ਐਂਡ ਟਾਈਮ 'ਤੇ ਪਹੁੰਚ ਕੇ ਉੱਥੇ ਵਿਆਹ ਰੁਕਾ ਤਾ ਇਹਨਾਂ ਦਾ। ਹਾਂ ਤੁਹਾਡੀ ਸ਼ਾਦੀ ਨੂੰ ਕਿੰਨੇ ਟਾਈਮ ਹੋ ਗਿਆ? ਮੇਰੀ ਸ਼ਾਦੀ ਨੂੰ 9 ਸਾਲ ਹੋ ਗਏ। 9 ਸਾਲ ਹੋ ਗਏ, ਤੁਹਾਡੇ ਕਿੰਨੇ ਬੱਚੇ ਨੇ? ਮੇਰੀ 2 ਬੇਟੀਆਂ। 2 ਬੇਟੀਆਂ, ਹਾਂਜੀ। ਅਤੇ ਕੀ ਸਮੱਸਿਆ ਮਤਲਬ ਤੁਹਾਨੂੰ ਕੁਛ ਕੀ ਕੋਈ ਰੀਜ਼ਨ ਕੋਈ ਪਤਾ ਲੱਗਾ ਹੋਵੇ ਜਾਂ ਕੁਛ ਜਾਂ ਕਿਹਦੇ ਨਾਲ ਸ਼ਾਦੀ ਕਰਾ ਰਹੇ ਨੇ ਕੁਛ ਪਤਾ ਹੋਵੇ? ਨਹੀਂ, ਰੀਜ਼ਨ ਤਾਂ ਕੋਈ ਨਹੀਂ ਹੈ। ਤੇ ਸ਼ਾਦੀ ਕਿਹਦੇ ਨਾਲ ਕਰਾ ਰਹੀ ਸੀ? ਉਹ ਲੜਕੀ ਦਾ ਪ੍ਰਿੰਕਾ ਹੈ। ਪ੍ਰਿੰਕਾ ਨਾਮ ਹੈ। ਕ੍ਰਿਸਚਨ ਹੈ। ਕ੍ਰਿਸਚਨ, ਕ੍ਰਿਸਚਨ। ਅੱਜ ਸ਼ਾਦੀ ਕਰਾ ਰਹੀ ਸੀ? ਹਾਂਜੀ, ਅੱਜ ਕਰਾ ਰਹੀ ਸੀ। ਕਿੱਥੇ ਰਹਿਣਾ ਜੀ? ਨਹੀਂ, ਇਹ ਨਹੀਂ ਮੈਨੂੰ ਪਤਾ ਕਿੱਥੇ ਰਹਿੰਦਾ। ਅੰਮ੍ਰਿਤਸਰ ਦੀ ਹੈ। ਹਾਂਜੀ, ਕਿਹਦੇ ਨਾਲ ਸ਼ਾਦੀ ਕਰਾ ਰਹੀ? ਹਾਂਜੀ, ਉਹਨਾਂ ਨਾਲ ਕਰਾ ਰਹੀ ਹਾਂ। ਤੁਹਾਡੇ ਨਾਲ ਕੋਈ ਝਗੜਾ ਵਗੈਰਾ ਪਤਾ? ਨਹੀਂ ਨਹੀਂ, ਮੇਰੇ ਨਾਲ ਝਗੜਾ ਕੋਈ ਨਹੀਂ ਹੈ। ਮੇਰਾ ਪ੍ਰਦੀਪ, ਕੀ ਗੱਲ ਹੋਈ ਜੀ? ਤਾਂ ਉਹਦਾ ਫੋਨ ਬੰਦ ਹੋ ਗਿਆ। ਸਾਡੀ ਬੇਟੀ ਦਾ ਧੋਖਾ ਆਇਆ, ਸਾਡੇ ਕੱਲ ਕਪੂਰਥਲੇ ਛੱਡ ਕੇ ਆਇਆ ਤੇ ਅੱਜ ਇੱਥੇ ਮੈਰਿਜ ਕਰਾਉਣ ਦਿਆ ਬਾਈ, ਔਰ ਸਾਨੂੰ ਇਸ ਗੱਲ ਦੀ ਪਿਸਕ ਹੀ ਨਹੀਂ ਨਿਕਲੀ। ਇਹਨੇ ਕੀ ਕੀਤਾ? 10 ਦਿਨ ਪਹਿਲਾਂ ਸਗਨ ਵੀ ਕੀਤਾ, ਸਾਡੀ ਬੇਟੀ ਇੱਥੇ ਸੀ, ਸਾਡੀ ਬੇਟੀ ਨੂੰ ਇਹ ਵੀ ਨਹੀਂ ਪਤਾ ਲੱਗਣ ਦਿੱਤਾ ਇਸ ਬੰਦੇ ਨੇ, ਇਹਦੇ ਮਾਂ ਪਿਓ ਨੇ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਵੀ ਕੀ ਕਰ ਰਹੇ ਨੇ ਕੀ ਨਹੀਂ, ਔਰ ਸਾਡੇ ਨਾਲ ਇੰਨਾ ਧੋਖਾ, ਸਾਨੂੰ ਇਨਸਾਫ ਮਿਲੇ। ਤੁਹਾਡੀ ਬੇਟੀ ਨਾਲ ਮੈਰਿਜ ਹੋਈ ਜੀ? ਹਾਂਜੀ, ਮੈਰਿਜ ਹੋਈ ਆ ਜੀ। ਕਿੰਨੀ ਦੇਰ ਹੋ ਗਈ ਤੁਹਾਡੀ ਬੇਟੀ? 9 ਸਾਲ। 9 ਸਾਲ ਹੋ ਗਏ। ਹਾਂਜੀ, ਕਪੂਰਥਲੇ। ਕੀ ਮੰਗ ਕੀ ਕਰਦੇ ਜੀ? ਮੰਗ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਇਹਨੂੰ ਸਜ਼ਾ ਮਿਲੇ, ਹੋਰ ਸਾਨੂੰ ਕੁਛ ਨਹੀਂ। इस मामले संबंधी पुलिस ने जानकारी दी कि उन्होंने इतलाह मिली सी कि विक्की नाम का नौजवान पहला तो ही ब्याया होया सी ते वो हुण कुवारी लड़की नाल दोबारा ब्याह कर रहा है, जिसके खिलाफ पुलिस वालों पीड़ित महिला के बयान के आधार पर अगली कार्रवाई की जाएगी। अज सू इतलाह मिली सी कि विक्की नाम का नौजवान जो पहले तो ही ब्याया है कुमार होटल के अंदर कुवारी लड़की नाल दोबारा शादी कर रहा, जिससे अस मौके पर पहुंचे। ਲੜਕੀ ਵਾਲੇ ਜੋ ਵੀ ਬਿਆਨ ਦੇਣ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਮੁੰਡਾ ਵਿਆਹਿਆ ਗਿਆ ਸੀ, ਕਿੰਨੇ ਬੱਚੇ ਆ, ਕੀ ਕਿੰਨੇ ਸਾਲ ਹੋ ਗਏ ਸੀ ਵਿਆਹਿਆ? ਇਹ ਜੀ ਅਸੀਂ ਜਾਂਚ ਕਰ ਰਹੇ ਹਾਂ, ਪਰ ਇਹ ਪਤਾ ਲੱਗਾ ਪਹਿਲਾਂ ਤੋਂ ਵਿਆਹਿਆ ਸੀ ਅਤੇ ਪਹਿਲੀ ਵਾਈਫ ਨੂੰ ਤਲਾਕ ਨਹੀਂ ਸੀ ਦਿੱਤਾ ਅਤੇ ਦੂਜੀ ਨਾਲ ਸ਼ਾਦੀ ਕਰ ਰਿਹਾ ਸੀ ਅਤੇ ਉਹਨੂੰ ਬਿਨਾਂ ਦੱਸਿਆ। ਅਤੇ ਦੂਜੀ ਕੀ ਉਹਦੇ ਨਾਲ ਕੋਈ ਲਿੰਕ ਸੀ ਕਿ ਕੀ ਹੈ? ਇਹ ਜੀ ਅਸੀਂ ਬਿਆਨ ਲੈ ਰਹੇ, ਉਹਨਾਂ ਦੀ ਇਨਕੁਆਇਰੀ ਕਰ ਰਹੇ, ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ। ਹੁਣ ਤੱਕ ਦੀ ਕੀ ਕਾਰਵਾਈ ਕੀਤੀ? ਹੁਣ ਅਸੀਂ ਬਿਆਨ ਦੇ ਰਹੇ, ਲੜਕੀ ਵਾਲੇ ਦੋਨੇ ਪਰਿਵਾਰ ਆਪਣੇ ਬਿਆਨ ਲਿਖਵਾ ਰਹੇ ਨੇ, ਬਿਆਨਾਂ ਤੋਂ ਮੁਤਾਬਕ ਕਾਰਵਾਈ ਕੀਤੀ ਜਾਊਗੀ। ਤੇ ਲੜਕਾ ਕੀ ਫੜਿਆ ਗਿਆ ਹੈ ਕਿ ਅਰੈਸਟ? ਸਾਡੇ ਕੋਲ ਹੀ ਇਹ ਲੜਕਾ ਹੈ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।